अभी सुन रहे हो चावला न्यूज नेटवर्क टोरंटो CNN टोरंटो। ਪੱਟੀ ਜੀ ਤੁਹਾਡਾ ਮੇਰੇ ਵੱਲੋਂ ਬਹੁਤ ਬਹੁਤ ਨਿੱਘਾ ਸਵਾਗਤ ਹੈਗਾ ਜੀ, ਸਤਿ ਸ੍ਰੀ ਅਕਾਲ ਤੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਚਲਦੇ ਹਾਂ ਖਬਰਾਂ ਦੀ ਤਰਫ਼। ਔਰ ਕਹਿੰਦੇ ਨੇ ਕਿ ED ਵੱਲੋਂ ਕੇਸਾਂ ਦੀ ਭਰਮਾਰ ਤਾਂ ਬਹੁਤ ਹੈਗੀ ਪਰ ਸਜ਼ਾ ਪੱਖੋਂ ਠੰਡ ਠੰਡ ਗੋਪਾਲ, ਯਾਨੀ ਕਿ ਸਜ਼ਾ ਦਾ ਤੇ ਕੇਸਾਂ ਦਾ ਅਨੁਪਾਤ ਜਿਹੜਾ ਹੈਗਾ ਉਹ ਬਿਗੜਿਆ ਹੋਇਆ। ਕੀ ਕਹਿਣਾ ਚਾਹੋਗੇ? ਵੇਖੋ, ਸਾਡੇ ਕੋਲ ਇੱਕ ਬੜਾ ਵਧੀਆ ਤਰੀਕਾ ਹੈਗਾ ਜਿਹਦੇ ਖਿਲਾਫ਼ ਸਾਡੇ ਕੋਲ ਕੋਈ ਵੀ ਕੇਸ ਨਹੀਂ ਹੈਗਾ, ਅਸੀਂ ਉਹਦੇ ਕਹਿੰਦੇ ਹਾਂ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਕੇਸ ਕਰ ਦਿੰਦੇ ਹਾਂ। ਤੁਹਾਨੂੰ ਪਤਾ ਹੋਏਗਾ ਕਪਨ ਸਦੀਕ ਇੱਕ ਮਾਮੂਲੀ ਬੰਦਾ, ਕਪਨ ਸਦੀਕ ਛੋਟਾ ਜਿਹਾ ਪੱਤਰਕਾਰ ਸੀ ਕੇਰਲਾ ਦਾ, ਹਾਥਰਸ ਦੇ ਵਿੱਚ ਸਿਰਫ ਉਹ ਕਵਰੇਜ ਵਾਸਤੇ ਆਇਆ ਸੀ ਤੇ ਉਹਨੂੰ ਕਹਿਤਾ ਸੀ ਪਾਪੂਲਰ ਫਰੰਟ ਦਾ ਜਿਹੜਾ ਇਹ ਬਕਾਇਦਾ ਤੌਰ ਤੇ ਕਾਰਕੁਨ ਆ, ਕਹਿਤਾ ਜੀ ਇੱਥੇ ਅਰਾਜਕਤਾ ਫੈਲਾਉਣ ਵਾਸਤੇ ਆਇਆ ਵਾ। ਉਹਨੂੰ ਹਾਥਰਸ ਜਿਹੜੀ ਇੱਕ ਮਰਡਰ ਹੋਇਆ ਸੀ, ਤੁਹਾਨੂੰ ਪਤਾ ਬਲਾਤਕਾਰ ਹੋਇਆ ਸੀ, ਜਬਰ ਜਨਾਹ ਹੋਇਆ ਸੀ, ਮੁੜ ਕੇ ਪੁਲਿਸ ਨੇ ਰਾਤ ਦੇ ਹਨੇਰੇ ਚ ਉਹਦੀ ਕੁੜੀ ਲਾਸ਼ ਦਾ ਸੰਸਕਾਰ ਕਰਤਾ ਸੀ, ਮਾਂ ਪਿਓ ਨੂੰ ਜਿਹੜੀ ਸੀ ਅੰਤਮ ਰਸਮ ਨਹੀਂ ਕਰ ਦਿੱਤੀਆਂ ਸੀਗੀਆਂ, ਉਹਦੀ ਕਵਰੇਜ ਵਾਸਤੇ ਆਇਆ ਸੀ ਉੱਥੋਂ ਕੇਰਲਾ ਤੋਂ। ਤੇ ਉਹਨੂੰ ਉਹਨਾਂ ਨੇ ਕਰੀਬ ਕਰੀਬ 2 ਸਾਲ ਦੇ ਕਰੀਬ ਜੇਲ੍ਹ ਚ ਰੱਖਿਆ, ਸਿਰਫ ਇਸੇ ਕਰਕੇ ਹੀ। ਪਹਿਲਾਂ ਤਾਂ ਉਹਦੀ ਜ਼ਮਾਨਤ ਲੈ ਲਈ ਸੁਪਰੀਮ ਕੋਰਟ ਨੇ, ਠੀਕ ਹੈ ਜੀ, ਕੋਈ ਗੱਲ ਨੀ। ਮੁੜ ਕੇ ਉਹਦੇ ਖਿਲਾਫ਼ 40,000 ਮਨੀ ਲਾਂਡਰਿੰਗ ਦਾ ਕੇਸ ਕਰ ਲਿਆ, ਜਿਹੜੀ ਕਿ ਉਹਦੀ 2 ਮਹੀਨੇ ਦੀ ਤਨਖਾਹ ਸੀ ਵਿਚਾਰੇ। ਚਲੋ ਹੁਣ ਸੁਪਰੀਮ ਕੋਰਟ ਨੇ ਉਹਨੂੰ ਜ਼ਮਾਨਤ ਵੀ ਦੇ ਦਿੱਤੀ ਤੇ ਨਾਲ ਜਿਹੜੀ ਪੁਲਿਸ ਨੂੰ ਦਬਕਾ ਵੀ ਮਾਰਿਆ, ਭਾਈ ਇਹਦੇ ਖਿਲਾਫ਼ ਕੋਈ ਵੀ ਕੇਸ ਹੈਗਾ ਜਿਹਨੂੰ ਤੁਸੀਂ ਛੱਡੋ, ਅਗਲੀ ਗੱਲ ਫੇਰ ਕਰਾਂਗੇ, ਇਹਨੂੰ ਬਿਲਕੁਲ ਕਿਸੇ ਕੇਸ ਅਰੈਸਟ ਨਹੀਂ ਕਰਨਾ। ਇਹ ਆ ਸਾਡਾ ਹਾਲਤ। ਹੁਣ ਹੋਇਆ ਇਹ ਕੀ ਆ, ਇਨਫੋਰਸਮੈਂਟ ਡਾਇਰੈਕਟੋਰੇਟ ਜਿਹਨੂੰ ਅਸੀਂ ED ਕਹਿੰਦੇ ਹਾਂ, ਇਹ ਬਾਕੀ ਇਹਨਾਂ ਨੂੰ ਜਿਹੜੀ ਸਰਗਰਮ ਆ, CBI ਨਾਲ ਵੀ ਸਰਗਰਮ ਆ, NCB ਨਾਲ ਵੀ ਸਰਗਰਮ, DR ਨਾਲ ਵੀ ਸਰਗਰਮ। ਇਹਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਨੇ 5 ਸਾਲਾਂ ਦੇ ਵਿੱਚ 353 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਤੇ 1,055 ਮੁਕੱਦਮਿਆਂ ਦੀ ਜਿਹੜੀ ਸੀ ਇਹਨੇ ਚਲਾਇਆ। ਤੇ ਜਦੋਂ ਗੱਲ ਸਾਬਤ ਕਰਨ ਦੀ ਆਉਂਦੀ ਆ, ਉੱਥੇ ਅਸੀਂ ਠੁਣ ਠੁਣ ਗੋਪਾਲ ਆ। ਹਾਲਾਤ ਕੀ ਆ, 2018-19 ਦੇ ਵਿੱਚ ਜਿਹੜੇ ਕੇਸ ਸੀਗੇ ਸਿਰਫ ਜਿਹੜੀ 8 ਮੁਲਜ਼ਮ ਜਿਹੜੇ ਸੀ ਉਹ ਸਿੱਧ ਹੋਏ ਇਹਦੇ ਚ ਜੀ, ਤੇ 2019 ਵਿੱਚ 7 ਹੋਏ ਤੇ 2020-21 ਦੇ ਵਿੱਚ 1 ਹੋਇਆ ਤੇ 2021-22 ਦੇ 4 ਤੇ 2022-23 ਚ 12। ਟੋਟਲ 32 ਬੰਦੇ ਸਿਰਫ ਹੁਣ ਤੱਕ ਦੋਸ਼ਿਤ ਹੋਏ, ਸਿੱਧ ਹੋ ਸਕੇ ਨੇ, ਬਾਕੀ ਸਾਰੇ ਦੇ ਸਾਰੇ ਬੰਦੇ ਜਿਹੜੇ ਉਹ ਬਰੀ ਹੋਏ। ਟੋਟਲ ਇਹਨਾਂ ਦੇ ਜਿਹੜੇ ਇਸਤਗਾਸਾ ਮਨਜ਼ੂਰੀ ਮਿਲੀ ਸੀ 248 ਮਾਮਲਿਆਂ ਦੇ ਸਮੇਤ 2,724 ਭ੍ਰਿਸ਼ਟ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਗਈ ਸੀ। ਤੇ ਜੇ ਇਹਨਾਂ ਦੇ ਵਿੱਚੋਂ ਤੁਹਾਡੀ 32% ਸਿਰਫ 32 ਬੰਦਿਆਂ ਨੂੰ ਸਜ਼ਾ ਹੋਈ ਹੈ, ਬਾਕੀ ਸਭ ਬਰੀ ਹੋ ਗਏ ਆ, ਇਹਦਾ ਮਤਲਬ ਫਿਰ ਤੁਸੀਂ ਕਿਤੇ ਕਿਤੇ ਤੁਹਾਡੀ ਨਲਾਇਕੀ ਆ ਜਾਂ ਝੂਠੇ ਕੇਸ ਦਰਜ ਕੀਤੇ ਗਏ ਨੇ। ਇੱਥੋਂ ਸਰਕਾਰ ਦੀ ਕਾਰਗੁਜ਼ਾਰੀ ਪਤਾ ਲੱਗਦਾ, ਅਸੀਂ ਆਪਣੇ ਕੋਲ ਨਹੀਂ ਕਹਿ ਰਹੇ, ਇਹ ਬਕਾਇਦਾ ਤੌਰ ਤੇ ਕੱਲ ਰਾਜ ਸਭਾ ਕੇ ਲੋਕ ਸਭਾ ਦੇ ਵਿੱਚ ਸਰਕਾਰ ਨੇ ਆਪਣੇ ਅੰਕੜੇ ਪੇਸ਼ ਕੀਤੇ ਆ ਵੀ ਉੱਥੇ ਅਸੀਂ ਜਿਹੜੀ ED ਦੇ ਜਿਹੜੀ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਕੇਸ ਐਕਟ ਦੇ ਕੇਸ ਦਰਜ ਕੀਤੇ ਸੀ, ਉਹਨਾਂ ਦੀ ਹਾਲਤ ਪਤਲੀ ਆ। ਹਾਲਾਂਕਿ ED ਕਹਿ ਜਾਂਦੀ ਜੀ ਨਹੀਂ, 95% ਤੱਕ ਜਿਹੜੇ ਆ ਉਹ ਜਿਹੜੇ ਸੀ ਉਹ ਸਜ਼ਾ ਹੋਈ ਆ, ਇੱਕ ਕੇਸ ਵਿੱਚ ਬੰਦਾ ਬਰੀ ਹੋਇਆ, ਲੇਕਿਨ ਜੋ ਸਰਕਾਰ ਕਹਿ ਰਹੀ ਹੈ ਜਾਂ ਉਹ ਸਹੀ ਨੇ ਤੇ ਜਾਂ ED ਸਹੀ ਹੈ ਤੇ ਪਤਾ ਨਹੀਂ। ਪਰ ਅਸੀਂ ਕਵਾਂਗੇ ਇਹਨਾਂ ਏਜੰਸੀਆਂ ਨੂੰ, ਭਾਈ ਜੋ ਵੀ ਕਰਨਾ ਸੋਚ ਸਮਝ ਕੇ ਕਰੋ, ਲੋਕਾਂ ਨੂੰ ਕੱਪਨ ਸਦੀਕੀ ਵਾਂਗੂ ਨਜਾਇਜ਼ ਪਰੇਸ਼ਾਨ ਨਾ ਕਰੋ। ਜਿਹਦੀ ਤਨਖਾਹ 20,000 ਮਹੀਨਾ ਵਿਚਾਰੇ ਦੀ ਹੋਵੇ, ਉਹਨੂੰ 2 ਮਹੀਨੇ ਤਨਖਾਹ ਉਹਦੀ ਇਕੱਠੀ ਪਈ ਹੋਵੇ 40,000, ਤੁਸੀਂ ਉਹਦਾ ਮਨੀ ਲਾਂਡਰ ਦਾ ਕੇਸ ਬਣਾ ਦਿਓ? ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ। ਮੈਂ ਜੀ ਜੀ ਅਗਰ ਸਾਲ ਚੱਲਦੇ ਨੇ ਕਿ ਜਲੰਧਰ ਡਿਵੀਜ਼ਨ ਦੇ ਪੁਲਿਸ ਕਮਿਸ਼ਨਰ ਤੇ CBI ਦੇ ਬਦਲ ਮੰਡਰਾਉਣ ਲੱਗੇ ਨੇ, ਕਹਿੰਦੇ ਜਾਂਚ ਵਿੱਚ ਸ਼ਾਮਲ ਹੋਣ ਦਾ ਜਾਰੀ ਕੀਤਾ ਨੋਟਿਸ, ਕੀ ਕਹਿਣਾ ਚਾਹੋਗੇ? ਵੇਖੋ, ਜਿਹੜੇ ਜਲੰਧਰ ਡਿਵੀਜ਼ਨ ਦੇ ਕੁਲਦੀਪ ਸਿੰਘ ਚਾਹਲ ਹੈ, ਇਹਨਾਂ ਨੂੰ ਬਕਾਇਦਾ ਤੌਰ ਤੇ 3 ਸਾਲ ਲਈ 2020 ਦੇ ਵਿੱਚ ਜਿਹੜਾ ਸੀ ਉਹ ਸਤੰਬਰ 2020 ਦੇ ਵਿੱਚ SSP ਚੰਡੀਗੜ੍ਹ ਲਾਇਆ ਗਿਆ ਸੀ ਜੀ। ਚੰਡੀਗੜ੍ਹ ਦੇ ਰੇਸ਼ੋ ਦੇ ਹਿਸਾਬ ਨਾਲ 60-40 ਦੀ ਬਾਅਦ 40 ਜਿਹੜੇ ਆ ਅਧਿਕਾਰੀ ਜਿਹੜੇ ਆ ਉਹ ਹਰਿਆਣੇ ਤੋਂ ਹੋਣਗੇ, 60 ਇੱਥੋਂ ਹੋਣਗੇ ਤੇ SSP ਉੱਥੋਂ ਜਿਹੜਾ ਵਾ ਇਹ
ਪੰਜਾਬ ਦਾ ਹੋਊਗਾ। ਹੁਣ ਤੇ ਵੈਸੇ ਐਸ ਐਸ ਪੀ ਦੀ ਪੋਸਟ ਹੀ ਰੋਲਤੀ ਜੋ ਡੀ ਜੀ ਪੀ ਉਹਦਾ ਆਪਣਾ ਨਾਂ ਲਿਆ, ਬਾਕੀ ਐਸ ਐਸ ਪੀ ਨੂੰ ਕੌਣ ਪੁੱਛਦਾ ਉੱਥੇ, ਪਹਿਲਾਂ ਸਿਰਫ ਐਸ ਐਸ ਪੀ ਹੁੰਦਾ ਸੀ। ਉਹ ਕੁਲਦੀਪ ਸਿੰਘ ਚਾਹਲ ਦੇ ਉੱਤੇ ਦੋਸ਼ ਸੀ ਕਿ ਜਿਹੜੇ ਸਾਡੇ ਗਵਰਨਰ ਸਾਹਿਬ ਨੇ ਉਹਨਾਂ ਦਾ ਮਿਸਕੰਡਕਟ ਦਾ ਦੋਸ਼ ਲਾਇਆ ਸੀ, ਭ੍ਰਿਸ਼ਟਾਚਾਰ ਦੋਸ਼ ਲਾਇਆ ਸੀ। ਇਹਨਾਂ ਨੂੰ ਪਿਛਲੇ ਮਹੀਨੇ, ਪਿਛਲੇ ਸਾਲ ਦੇ ਆਖਰੀ ਮਹੀਨੇ ਦੇ ਵਿੱਚ ਬੇਕਾਇਦਾ ਤੌਰ ਤੇ ਉੱਥੋਂ ਰਿਲੀਵ ਕੀਤਾ ਗਿਆ, ਕਿਹਾ ਗਿਆ ਭਾਈ ਤੁਸੀਂ ਜਾਓ, ਤੁਹਾਡੀ ਲੋੜ ਨਹੀਂ ਇੱਥੇ ਹੈਗੀ। ਪੰਜਾਬ ਸਰਕਾਰ ਨੇ ਇਤਰਾਜ਼ ਕੀਤਾ ਸੀ ਵੀ ਇਹਦਾ ਸਤੰਬਰ 2023 ਤੱਕ ਜਿਹੜਾ ਸਮਾਂ ਹੈਗਾ, 10 ਮਹੀਨੇ ਦੇ ਹੋਰ ਹੋ ਕੇ ਇਹਨੂੰ ਆਪਣਾ ਸਮਾਂ ਪੂਰਾ ਕਰਨ ਦਿਓ। ਵੈਸੇ ਵੀ ਸਰਕਾਰ ਨੇ ਇੰਨੀ ਗੱਲ ਕਹੀ ਸੀ ਜੇ ਤੁਸੀਂ ਇਹਨੂੰ ਭੇਜਣਾ ਹੀ ਆ ਤੇ ਬੇਇੱਜ਼ਤ ਕਰਕੇ ਨਾ ਭੇਜੋ, ਸਾਡੀ ਵੀ ਜਿਹੜੀ ਕੋਈ ਆਭਾ ਹੈਗੀ ਆ, ਜੇ ਬੇਇੱਜ਼ਤ ਕਰਕੇ ਭੇਜੋਗੇ ਤੇ ਸਾਡੇ ਲਈ ਮੁਸ਼ਕਿਲ ਹੋਊਗੀ, ਅਸੀਂ ਇਹਨੂੰ ਡੀ ਆਈ ਜੀ ਬਣਾ ਰਹੇ, ਅਸੀਂ ਵੈਸੇ ਹੀ ਭੇਜ ਲੈ ਲਾਂਗੇ। ਉਹਨੇ ਕਿਹਾ ਨਹੀਂ, ਤੁਸੀਂ 3 ਬੰਦਿਆਂ ਦਾ ਪੈਨਲ ਭੇਜੋ, ਅਸੀਂ ਚੁਣਾਂਗੇ ਵੀ ਅਸੀਂ ਕਿਹਨੂੰ ਇੱਥੇ ਲਾਉਣਾ। ਲੇਕਿਨ ਉਹਨਾਂ ਨੇ ਉਹਨੂੰ ਜਬਰੀ ਉੱਥੋਂ ਪੰਜਾਬ ਭੇਜ ਦਿੱਤਾ ਤੇ ਇੱਕ ਮਨੀਸ਼ਾ ਚੌਧਰੀ ਆਈ ਪੀ ਐਸ ਅਧਿਕਾਰੀ ਹੈਗੀ ਆ ਹਰਿਆਣੇ ਦੀ, ਉਹ ਲਗਾ ਦਿੱਤੀ। ਉਹਦੇ ਤੇ ਪੰਜਾਬ ਨੇ ਇਤਰਾਜ਼ ਕੀਤਾ ਸੀ ਵੀ ਤੁਸੀਂ ਗਲਤ ਕਰ ਰਹੇ ਹੋ। ਗਲਤ ਕਰਨ ਦੇ ਉੱਤੋਂ ਮੁੜ ਕੇ ਉਹਨਾਂ ਨੇ ਕਹਿਤਾ ਨੇ ਜੀ ਅਡੀਸ਼ਨਲ ਚਾਰਜ ਦਿੱਤਾ। ਹੁਣ ਇਹਦੇ ਵਿੱਚ ਗਵਰਨਰ ਦੀ ਸ਼ਿਕਾਇਤ, ਗਵਰਨਰ ਨੇ ਸ਼ਿਕਾਇਤ ਕੀਤੀ ਵੀ ਇਹ ਬੰਦਾ ਭ੍ਰਿਸ਼ਟ ਵੀ ਆ ਤੇ ਮਿਸਕੰਡਕਟ ਵੀ ਕੀਤਾ ਨੇ ਸਾਡੇ ਨਾਲ, ਤੇ ਇਹਦੀ ਸੀਬੀਆਈ ਦੀ ਜਾਂਚ ਕੀਤੀ ਜਾਵੇ ਜੀ। ਹੁਣ ਕੁਲਦੀਪ ਚਾਹਲ ਨੂੰ ਚੁੱਕ ਕੇ ਇਹਨਾਂ ਉੱਥੋਂ ਜਿਹੜਾ ਸੀਗਾ ਇਹ ਜਲੰਧਰ ਡਿਵੀਜ਼ਨ ਦਾ ਕਮਿਸ਼ਨ ਲਾਤਾ, ਆਈ ਪੀ ਐਸ ਅਧਿਕਾਰੀ ਆ। ਤੇ ਮੈਂ ਇਹ ਵੀ ਦੱਸ ਦਿਆਂ ਸਾਡੇ 2 ਅਫਸਰ ਨੇ, ਇੱਕ ਦਿੱਲੀ ਪੁਲਿਸ ਦੇ ਵਿੱਚ ਥਾਣੇਦਾਰ ਭਰਤੀ ਹੋਇਆ ਸੀਗਾ, ਇੱਕ ਚੰਡੀਗੜ੍ਹ ਥਾਣੇ 'ਚ ਭਰਤੀ ਹੋਇਆ ਸੀ। ਦੋਵੇਂ ਹੀ ਬੰਦੇ ਜਿਹੜੇ ਆ ਇਹ ਥਾਣੇਦਾਰ ਆਈ ਪੀ ਐਸ ਬਣੇ ਸੀ, ਬਿਲਕੁਲ ਲਖਿਤ ਸਾਬਤ ਹੋਏ ਨੇ। ਇੱਕ ਕੁੰਵਰ ਵਿਜੇ ਪ੍ਰਤਾਪ ਸੀਗਾ, ਉਹਨਾਂ ਦੇ ਵੀ ਤੁਸੀਂ ਵੇਖ ਲਓ ਕਿੱਦਾਂ ਛੱਡਣੀ ਪਈ ਨੌਕਰੀ। ਜੀ ਜੀ, ਉਸੇ ਤਰ੍ਹਾਂ ਕੁਲਦੀਪ ਚਾਹਲ ਇਹ ਚੰਡੀਗੜ੍ਹ ਪੁਲਿਸ ਵਿੱਚ ਥਾਣੇਦਾਰ ਭਰਤੀ ਹੋਇਆ ਸੀ ਜੀ। ਚਲੋ ਇਹਨੂੰ ਕਮਿਸ਼ਨ ਲਾਤਾ, ਕਮਿਸ਼ਨ ਲਾਉਣ ਤੋਂ ਬਾਅਦ ਜਦੋਂ ਕਿਤੇ ਗਵਰਨਰ ਦਾ ਦੌਰਾ ਸੀ ਜਲੰਧਰ ਦਾ, ਇਹ 2 ਦਿਨ ਪਹਿਲਾਂ ਛੁੱਟੀ ਲੈ ਗਿਆ ਆਪਣੀ ਵੀ ਮੈਂ ਇਹਦੇ ਮੱਥੇ ਨਹੀਂ ਲੱਗਣਾ। ਗੁੱਸਾ ਗਵਰਨਰ ਦਾ ਹੋਰ ਵੱਧ ਗਿਆ, ਉਹਦਾ ਗੁੱਸਾ ਵਧਣ ਦੇ ਉੱਤੇ ਉਹਨੇ ਸੀਬੀ ਦੀ ਇਨਕੁਆਇਰੀ ਕਰਨ ਸ਼ੁਰੂ ਕਰਾਤੀ, ਜੋ ਸੀਬੀ ਨੂੰ ਲਿਖਤਾ ਤੇ ਸੀਬੀਆਈ ਨੂੰ ਹੁਣ ਇਹਨੂੰ ਪੇਸ਼ ਹੋਣ ਵਾਸਤੇ ਜਿਹੜਾ ਵਾ ਨੋਟਿਸ ਜਾਰੀ ਕਰਤਾ ਵੀ ਆ ਕੇ ਪੇਸ਼ ਹੋ ਤੂੰ। ਮਤਲਬ ਆਉਣ ਵਾਲੇ ਸਮੇਂ ਚ ਕੁਲਦੀਪ ਸਿੰਘ ਚਾਹਲ ਦੀਆਂ ਮੁਸ਼ਕਲਾਂ ਬਹੁਤ ਵੱਧ ਸਕਦੀਆਂ ਵਾ, ਕਿ ਜੋ ਤੁਹਾਨੂੰ ਦੱਸਿਆ ਵੀ ਈਡੀ ਨੇ ਕੀ ਕੀਤਾ, ਕਿੰਨੇ ਕੇਸ ਕੀਤੇ ਤੇ ਕਿੰਨਿਆਂ ਨੂੰ ਸਜ਼ਾ ਹੋਈ, 5% ਵੀ ਨਹੀਂ ਬਣਦੀ ਸਜ਼ਾ ਉਹਨਾਂ ਚ। ਇਸ ਕਰਕੇ ਇੱਥੇ ਵੀ ਭਾਵੇਂ ਬਣੇ ਕੁਛ ਨਾ, ਲੇਕਿਨ ਖੱਜਲ ਖੁਆਰੀ ਕੁਲਦੀਪ ਸਿੰਘ ਚਾਹਲ ਦੀ ਜ਼ਰੂਰ ਹੋਏਗੀ ਜੀ। ਕਾਲਰ ਨੇ ਕੀ ਸਵਾਲ ਹੈ ਦੇਖਦੇ ਹਾਂ। ਸਤਿ ਸ੍ਰੀ ਅਕਾਲ ਕਾਲਰ ਜੀ, ਤੁਸੀਂ ਏਅਰ ਤੇ ਹੋ? ਹਾਂਜੀ ਹਾਂਜੀ ਸਰ, ਪਟੀ ਸਾਹਿਬ ਜੀ ਏਅਰ ਤੇ ਹੋ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕੀ ਸਵਾਲ ਹੈ ਜੀ ਆਪ ਜੀ ਦਾ? ਜੀ ਹਾਂਜੀ, ਹੈਲੋ ਜੀ ਪਟੀ ਸਾਹਿਬ ਜੀ 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 ਸਤਿ ਸ੍ਰੀ ਅਕਾਲ। ਮੇਰਾ ਸਵਾਲ ਇਹ ਹੈ ਕਿ ਗਵਰਨਰ ਜਿਹੜਾ ਸੀ ਦੂਜਾ ਦਿੱਲੀ ਦਾ, ਉਹਨੇ 160 ਕਰੋੜ ਦਾ ਦਿੱਲੀ ਵਾਲੇ ਚੀਫ ਮਿਨਿਸਟਰ ਤੇ ਮਤਲਬ ਸਰਕਾਰ ਨੂੰ ਪਾਇਆ ਸੀ, ਠੀਕ ਹੈ ਨਾ? ਉਸੇ ਇਨਕੁਆਇਰੀ ਚੱਲ ਰਹੀ ਹੈ ਜਿਹੜਾ 6-12% ਦਾ ਫਰਕ ਸੀਗਾ। ਹੁਣ ਉਸ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਜਿਹੜਾ ਆਮ ਪਾਰਟੀ ਹੈ ਕਿ ਉਹ ਟੋਟਲੀ ਫ੍ਰੀ ਹੈ ਜਿਹੜੇ ਇੰਨੇ ਬੰਦੇ ਵਿੱਚ ਫਸੀ ਜਾਂਦੇ ਨੇ, ਕਿ ਇਹਨਾਂ ਨੇ ਕੋਈ ਰਿਸ਼ਵਤ ਨਹੀਂ ਲਈ ਜਾਂ ਮਤਲਬ ਇਹਨਾਂ ਨੇ ਅੰਡਰ ਹੈਂਡ ਕੋਈ ਪੈਸਾ ਨਹੀਂ ਲਿਆ, ਇਹਦੇ ਬਾਰੇ ਆਪਣਾ ਵਿਚਾਰ ਦੱਸੋ ਪਲੀਜ਼। ਸੁਣੋ ਜੀ ਤੁਸੀਂ, ਹਾਂਜੀ ਵੇਖੋ, ਮੈਂ ਤੁਹਾਡੇ ਸਾਹਮਣੇ ਪਹਿਲਾਂ ਕਹਿ ਦਿੱਤਾ ਵੀ ਇਹ ਸਭ ਪੋਲੀਟੀਕਲ ਮੋਟੀਵੇਟਡ ਹੁੰਦੇ ਆ, ਤੇ ਪੋਲੀਟੀਕਲ ਮੋਟੀਵੇਟਡ ਹੋਣ ਤੇ ਜੋ ਸਜ਼ਾ ਦੀ ਗੱਲ ਆਉਂਦੀ ਫਿਰ ਅਦਾਲਤਾਂ ਬਰੀ ਕਰ ਦਿੰਦੀਆਂ ਨੇ। ਤੁਹਾਡੇ ਸਾਹਮਣੇ ਹੁਣੇ ਈਡੀ ਦੀ ਤੁਹਾਨੂੰ ਦੱਸਤੀ ਵੀ ਇਹਨੇ ਕੀ ਕੁਛ ਕੀਤਾ ਉੱਥੇ। ਜੇ ਤੁਸੀਂ 2724 ਬੰਦਿਆਂ ਦੀ ਕੇਸ ਚਲਾਏ ਨੇ ਤੇ 32 ਬੰਦਿਆਂ ਨੂੰ ਸਿਰਫ 5 ਸਾਲਾਂ ਤੁਸੀਂ ਸਜ਼ਾ ਕਰਾ ਸਕਦੇ ਤੇ ਬਾਕੀ ਤੁਹਾਡੀ ਸਜ਼ਾ ਹੁੰਦੀ, ਸਾਰੇ ਬਰੀ ਹੁੰਦੇ ਤੇ ਬਾਕੀ ਕਿਰਿਆ ਗਿਆ, ਤਾਂ ਮਤਲਬ ਵੀ ਪੋਲੀਟੀਕਲ ਮੋਟੀਵੇਟਡ ਤੁਸੀਂ ਕੇਸ ਦੇ ਵਿੱਚ ਕੀਤੇ ਆ। ਇਸ ਕਰਕੇ ਦਿੱਲੀ ਦੇ ਵਿੱਚ ਵੀ ਜੋ ਕੁਛ ਹੋ ਰਿਹਾ ਪੋਲੀਟੀਕਲ ਮੋਟੀਵੇਟਡ ਹੋ ਰਿਹਾ, ਬਣਨਾ ਉੱਥੇ ਵੀ ਕੁਛ ਨੀ, ਬਣਨਾ ਕੱਖ ਨੀ ਉੱਥੇ। ਮੈਂ ਜਿਹੜੀ ਗੱਲ ਕੀਤੀ ਆ ਸਰੀਰ ਦੇ ਵਿੱਚ ਕੁਛ ਨਹੀਂ ਆਇਆ ਇਹਦੇ ਚ, ਨੀ ਮੈਂ ਨਾ ਵੇਖੋ ਪਤਾ ਚੱਕਰ ਕੀ ਆ, ਉਹ ਘਰ ਤੇ ਪੈਸੇ ਕਿਸੇ ਖੜੇ ਨੀ, ਉਹਨਾਂ ਤੇ ਇਲਜ਼ਾਮ ਇਹ ਲਾਇਆ ਗਿਆ ਵੀ ਤੁਸੀਂ ਜਿਹੜੇ ਇਸ਼ਤਿਹਾਰ ਦਿੱਤੇ ਨੇ ਉਹ ਦਿੱਲੀ ਤੋਂ ਬਾਹਰ ਜਾ ਕੇ ਕਿਵੇਂ ਦਿੱਤੇ,
क्यों ताड़ी सरकार दिल्ली दे विच वो गल बनती नहीं उन्हां दी वो सरकार वो अपने विकास वास्ते अपनी मशहूरी वास्ते इश्तहार किते भी जाके दे सकदे आ क्यों बीजेपी सरकार नहीं देनी है साड़ी जुड़ी सरकार जी ਜਿਹੜਾ ਗੋਆ ਦਾ ਬੰਦਾ ਫੜਿਆ ਹੋਣਾ ਵੀ ਜਿਹੜਾ ਟ੍ਰਾਂਜੈਕਟ ਕਰਦਾ ਸੀ ਪੈਸੇ ਜਿਹਨਾਂ ਨੇ ਖਰਚ ਕੀਤੇ ਨੇ ਉਹ ਵਿੱਚੋਂ ਵਿਚਕਾਰ ਐਵੇਂ ਆ ਗਿਆ ਉਹਦੀ ਵੇਖੋ ਉਹਦੀ ਸਿਰਫ ਤੇ ਸਿਰਫ ਇਹ ਸੀ ਵੀ ਉਹਦੀ ਆਪਣੀ ਐਡਵਰਟਾਈਜ ਏਜੰਸੀ ਸੀ ਉਹਨੂੰ 30 ਕਰੋੜ ਕਿੰਨੇ ਪੈਸੇ ਭੇਜੇ ਸੀ ਇਹਨਾਂ ਨੇ ਉਹ ਆਪਣਾ ਸਾਬਿਤ ਕਰੂਗਾ ਜੀ ਆਹ ਮੈਂ ਇਸ਼ਤਿਹਾਰ ਛਾਪੇ ਮੈਨੂੰ ਕੋਈ ਪੈਸੇ ਲਏ ਨੇ ਇਹ ਉਹਨੂੰ ਮਨੀ ਲਾਂਡਰਿੰਗ ਨਾਲ ਜੋੜ ਰਹੇ ਨੇ ਹੁਣ ਇਹ ਕਿਵੇਂ ਮਨੀ ਲਾਂਡਰਿੰਗ ਜੋੜਨੇ ਇਹ ਤੇ ਈਡੀ ਦੱਸ ਸਕਦੀ ਹੈ ਨਾ ਸੀਬੀ ਦੱਸ ਸਕਦੀ ਅਸੀਂ ਦੱਸ ਨਹੀਂ ਸਕਦੇ ਨਾ ਜੀ ਇਹਦੇ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਜੀ ਬਿਲਕੁਲ ਠੀਕ ਕਹਿ ਰਹੇ ਹੋ ਟੋਟਲ ਨਹੀਂ ਕਹਿ ਸਕਦੇ 1-2% ਲੋਕ ਜੇ ਹੈਗੇ ਨੇ ਜਿਹੜੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹੈਗੇ ਆ ਲੇਕਿਨ ਸਾਡਾ ਪੋਲੀਟੀਕਲ ਸਿਸਟਮ ਦਾ ਬਿਲਕੁਲ ਪੂਰੀ ਤਰ੍ਹਾਂ ਭੱਠਾ ਬਹਿ ਚੁੱਕਾ ਅਸੀਂ ਦੋ ਕੰਮ ਕਰਦੇ ਹਾਂ ਭ੍ਰਿਸ਼ਟਾਚਾਰ ਵੀ ਕਰਦੇ ਹਾਂ ਤੇ ਵਿਰੋਧੀਆਂ ਦੀ ਜਿਹੜੀ ਆ ਉਹ ਚੀਕਾਂ ਵੀ ਕਢਾਉਂਦੇ ਅਸੀਂ ਹੁਣ ਕੀ ਹੋਣ ਡਿਆ ਜਾਂ ਤੇ ਭਗਵੰਤ ਮਾਨ ਪੰਜਾਬ ਦੇ ਵਿੱਚ ਸਿਰਫ ਸਾਂਝੇ ਤੌਰ ਤੇ ਕੰਮ ਕਰੇ ਨਹੀਂ ਜੀ ਵੀ ਅਕਾਲੀਆਂ ਨੇ ਭ੍ਰਿਸ਼ਟਾਚਾਰ ਕੀਤਾ ਉਧਰ ਤੁਸੀਂ ਹੁੰਦੇ ਨੀ ਭਾਜਪਾ ਵਾਲੇ ਪਾਸੇ ਤੁਸੀਂ ਹੁੰਦੇ ਨੀ ਤੇ ਜਿਹੜੇ ਆ ਕਾਂਗਰਸੀ ਨੇ ਉਹ ਧਰਮ ਸੁੱਧ ਦੀ ਦੂਜੀ ਅਸਰ ਫੜ ਲਿਆ ਇੱਥੇ ਜਿਹੜੀ ਆ ਇਹ ਤੁਹਾਡੀ ਗੱਲ ਠੀਕ ਆ ਪੋਲੀਟੀਕਲ ਤੌਰ ਤੇ ਜਿਹੜਾ ਨਾ ਸਾਡਾ ਢਾਂਚਾ ਬਿਲਕੁਲ ਗਰਕ ਗਿਆ ਵਾ ਪੋਲੀਟੀਕਲ ਦਾ ਮਤਲਬ ਕੁਝ ਹੋਰ ਸੀ ਵੀ ਸੇਵਾ ਕਰਨੀ ਲੋਕਾਂ ਦੀ ਸਿਆਸਤ ਚ ਆ ਕੇ ਸਿਆਣੇ ਬਣ ਕੇ ਲੋਕਾਂ ਦੀ ਸੇਵਾ ਕਰਨੀ ਇੱਥੇ ਤੁਹਾਨੂੰ ਕੁਰਸੀਆਂ ਅਜੇ ਸਾਨੂੰ ਕੁਰਸੀ ਮਿਲਣੀ ਚਾਹੀਦੀ ਮੁੜ ਕੇ ਕੁਰਸੀ ਤੇ ਹੀ ਜਿਹੜੀ ਉਹ ਜੰਮਣਾ ਕਿਵੇਂ ਆ ਉਹ ਵੇਖਣਾ ਅਸੀਂ ਬਾਕੀ ਕੁਛ ਨਹੀਂ ਵੇਖਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਤਾਜਾ ਔਰ ਨੈਕਸਟ ਕਾਲ ਤੇ ਨੈਕਸਟ ਸਵਾਲ ਤੇ ਚਲਦੇ ਹਾਂ ਪੱਟੀ ਜੀ ਕਿ ਬਠਿੰਡਾ ਵਿੱਚ 22 ਸਾਲਾਂ ਕੁੜੀ ਦੀ ਨਸ਼ੇ ਨਾਲ ਹੋਈ ਹੈ ਮੌਤ ਔਰ 15 ਦਿਨਾਂ ਦੇ ਵਿੱਚ ਦੂਸਰੇ ਇਸ ਤਰੀਕੇ ਦੀ ਮੌਤ ਸਾਹਮਣੇ ਆਈ ਹੈ ਲੋਕ ਕਾਫੀ ਚਿੰਤਿਤ ਹੈਗੇ ਨੇ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੰਦਭਾਗੀ ਖਬਰ ਹੈ ਜੀ ਬਹੁਤ ਹੀ ਮੰਦਭਾਗੀ ਖਬਰ ਮੇਰੇ ਕੋਲ ਇੱਕ ਕੁੜੀ ਆਈ ਅੱਜ ਕੱਲ ਉਹ ਅੱਜ ਤੱਕ ਚੱਲੀ ਉਹ ਕਿਤੇ ਮੇਰਾ ਰੈਫਰੈਂਸ ਲਿਆ ਉਹਨੇ ਦਿੱਲੀ ਤੋਂ ਵੀ ਉਹਨਾਂ ਨੂੰ ਕੰਟੈਕਟ ਕਰੋ ਤੁਹਾਨੂੰ ਕਾਫੀ ਕੁਛ ਦੇ ਦੇਣਗੇ ਮੈਂ ਦਿੱਲੀ ਜਾ ਰਿਹਾ ਸੀ ਉਹ ਦਿੱਲੀ ਆ ਰਹੀ ਸੀ ਮੈਂ ਆਪਣੇ ਬੰਦਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਐਂਟਰਟੇਨ ਕਰੋ ਕੁੜੀ ਅੰਮ੍ਰਿਤਸਰ ਦੇ ਵਿੱਚ ਮਕਬੂਲਪੁਰੇ ਏਰੀਏ ਤੁਸੀਂ ਫੋਟੋਆਂ ਵੇਖੀਆਂ ਹੋਣੀਆਂ ਕੁੜੀ ਤੂੰ ਨਸ਼ਾ ਇੰਨਾ ਕੀਤਾ ਉਹ ਖੜੀ ਵੀ ਨਹੀਂ ਹੋ ਸਕਦੀ ਜੀ ਇੱਕ ਕੁੜੀ ਉਹ ਚੱਲ ਵੀ ਨਹੀਂ ਸਕਦੀ ਉਹਨਾਂ ਨੂੰ 100 ਰੁਪਏ ਦਿੱਤਾ ਤੇ ਉਹਨੇ 4-5 ਕੁੜੀਆਂ ਲੈ ਲਈਆਂ ਮੂੰਹ ਬੰਦ ਕੇ ਜੋ ਕੁਛ ਉਹਨਾਂ ਕਿਹਾ ਉਹ ਦੱਸਣ ਯੋਗ ਨਹੀਂ ਤੇ ਕਿਹੜਾ ਕਿਹੜਾ ਧੰਦਾ ਨਹੀਂ ਕਰਦੀਆਂ ਹੁਣ ਬਠਿੰਡੇ ਦੇ ਵਿੱਚ ਇੱਕ ਕੁੜੀ ਆ 22 ਸਾਲ ਦੀ ਉਮਰ ਸਾਰੀ ਹੋ ਜਾਏਗੀ ਤੇ 22 ਸਾਲ ਦੀ ਕੁੜੀ ਜਿਹੜੀ ਆ ਉਹਦੀ ਲਾਸ਼ ਮਿਲੀ ਉਹ ਲਾਸ਼ ਮਿਲਣ ਤੋਂ ਬਾਅਦ ਜਿਹੜੀ ਉੱਥੇ ਜਨ ਸੇਵਾ ਇੱਕ ਹੈਗੀ ਆ ਜਥੇਬੰਦੀ ਹੈਗੀ ਆ ਉਹ ਉੱਥੇ ਇਹੋ ਜਿਹੇ ਕੰਮ ਸੇਵਾ ਦੇ ਬਹੁਤ ਕਰਦੀ ਉਹ ਚ ਨੌਜਵਾਨ ਚੰਗੇ ਸਮਾਜ ਸੇਵੀ ਤਕੜੇ ਹੈਗੇ ਨੇ ਹੁਣ ਉਹਨਾਂ ਨੇ ਲਾਸ਼ ਵੇਖੀ ਜਦੋਂ ਲਾਸ਼ ਵੇਖੀ ਤੇ ਲਾਸ਼ ਦੇ ਉੱਤੇ ਕਿਸੇ ਕਿਸਮ ਦਾ ਕੋਈ ਸੱਟ ਨਹੀਂ ਹੈਗੀ ਲੇਕਿਨ ਉਹਦੇ ਉੱਤੇ ਜਿਹੜੇ ਸੀ ਉਹ ਸੂਈਆਂ ਦੇ ਨਿਸ਼ਾਨ ਜ਼ਰੂਰ ਬਾਹਾਂ ਦੇ ਉੱਤੇ ਹੈਗੇ ਸੀ ਜਿੱਥੋਂ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਵੀ ਉਹਨੇ ਓਵਰਡੋਜ਼ ਕਿਤੇ ਲਈ ਆ ਉਹ ਝੱਲੀ ਨਹੀਂ ਗਈ ਤੇ ਡੈਥ ਉਹਦੀ ਹੋ ਗਈ 15 ਦਿਨਾਂ ਦੇ ਵਿੱਚ ਇੱਕ ਦੂਸਰੀ ਮੌਤ ਆ ਦੂਸਰੀ ਮੌਤ ਤੇ ਜੇ 15 ਦਿਨਾਂ ਦੂਸਰੀ ਮੌਤ ਆ ਤੇ ਫਿਰ ਆਪਾਂ ਦੱਸੋ ਉੱਥੇ ਕੀ ਆਸ ਕੀ ਰੱਖਾਂਗੇ ਆਸ ਲੋਕਾਂ ਕੋਲੋਂ ਕੀ ਬਣੂ ਉੱਥੇ ਲੋਕ ਚਿੰਤਤ ਨੇ ਹੋ ਕੀ ਰਿਹਾ ਵਾ ਲੇਕਿਨ ਪਰਿਵਾਰ ਵਾਲੇ ਕਹਿੰਦੇ ਨਹੀਂ ਜੀ ਇਹ ਸਾਡੀ ਧੀ ਦਾ ਤੇ ਕਤਲ ਕੀਤਾ ਗਿਆ ਪੁਲਿਸ ਵੀ ਘੋਖ ਕਰ ਰਹੀ ਹੈ ਪੁਲਿਸ ਵੀ ਕਹਿੰਦੀ ਗਾਂਹ ਗੱਲ ਕਿਸੇ ਚੱਲਦੀ ਨਹੀਂ ਸਵਾਏ ਇਹਦੇ ਤੋਂ ਲੇਕਿਨ ਫਿਰ ਵੀ ਜੇ ਨਸ਼ੇ ਦਾ ਮੌਤ ਉਹਦੀ ਹੋਈ ਆ ਤੇ ਮੈਂ ਸੋਚਦਾ ਵੀ ਸਾਡੇ ਲੋਕਾਂ ਨੂੰ ਸਾਡੇ ਸਮਾਜ ਸੇਵੀ ਨੂੰ ਸਾਡੇ ਧਾਰਮਿਕ ਆਗੂ ਨੂੰ ਸਾਡੀਆਂ ਸਰਕਾਰਾਂ ਨੂੰ ਇਹਦੇ ਤੇ ਜ਼ਰੂਰ ਸੋਚਣਾ ਚਾਹੀਦਾ ਇਹਦਾ ਜ਼ਰੂਰ ਹੱਲ ਕਰਨਾ ਚਾਹੀਦਾ ਇਹ ਨਸ਼ਾ ਕਿੱਥੋਂ ਆਉਂਦਾ ਅੰਜੂ ਜੀ ਮੈਂ ਇਹ ਵੀ ਸਪਸ਼ਟ ਕਰ ਅਸੀਂ ਪਾਕਿਸਤਾਨ ਨੂੰ ਕੋਸੀ ਜਾ ਰਹੇ ਵੀ ਉੱਥੋਂ ਨਸ਼ਾ ਆਉਂਦਾ ਜਿਹੜੀ ਸਿੰਥੈਟਿਕ ਡਰੱਗ ਆ ਉਹ ਪਾਕਿਸਤਾਨ ਨਹੀਂ ਆਉਂਦੀ ਸਾਡੀਆਂ ਜਿਹੜੀਆਂ ਫਾਰਮਾਸਿਊਟੀਕਲ ਜੀ ਉੱਥੋਂ ਬਣਦੀ ਹੈ ਉੱਥੇ ਬਣਾਈ ਜਾਂਦੀ ਹੈ ਉਹ ਜਿਹੜੀ ਆ ਕਿਤੇ ਵੱਧ ਘੱਟ ਹੋ ਜਾਂਦੀ ਆ ਉਹ ਜਦੋਂ ਵੱਧ ਘੱਟ ਲੱਗ ਜਾਂਦੀ ਹੈ ਤੇ ਫਿਰ ਬੰਦੇ ਖਤਮ ਹੋ ਜਾਂਦੇ ਇਸ ਕਰਕੇ
ਪੰਜਾਬ ਦੇ ਵਿੱਚ ਜਿਹੜੀ ਆ ਐਵਰੇਜ 3 ਨੌਜਵਾਨ ਡੇਲੀ ਡੈਥ ਜਿਹੜੀ ਆ ਇਹ ਨਸ਼ੇ ਦੀ ਡੋਜ਼ ਨਾਲ ਹੋ ਰਹੀ ਬੜੀ ਮੰਦਭਾਗੀ ਹੈ। ਉਹ ਪੰਜਾਬ ਜਿਹਨੂੰ ਮੱਲਾਂ ਦਾ ਪੰਜਾਬ ਕਿਹਾ ਜਾਂਦਾ ਸੀ, ਕਿਹਾ ਜਾਂਦਾ ਸੀ ਮੁੰਡੇ ਨੂੰ ਭਾਈ ਜੋ ਮਰਜ਼ੀ ਖਾ ਜੋ ਮਰਜ਼ੀ ਵੀ ਫਲਾਣੀ ਛਿੱਜ ਤੈਨੂੰ ਘਲਾਉਣਾ ਹੀ ਤੇ ਜਿੱਤ ਕੇ ਆਉਣਾ ਹੀ, ਜੇ ਉਹਨੀ ਜਿੱਦਾਂ ਤਕਲੀਫ ਵੀ ਹੋਰ ਕਹਿੰਦੇ ਸੀ ਹੋਰ ਮਿਹਨਤ ਕਰ ਤੂੰ ਹੋਰ ਮਿਹਨਤ ਕਰ ਤੂੰ। ਉਹ ਪੰਜਾਬ ਮੱਲਾਂ ਦਾ ਪੰਜਾਬ ਅੱਜ ਨਸ਼ੇੜੀ ਦਾ ਪੰਜਾਬ ਬਣਦਾ ਜਾ ਰਿਹਾ ਜੀ। ਕਾਲਰ ਕਹਿੰਦੇ ਦੇਖਦੇ ਕੀ ਸਵਾਲ ਆਉਣਾ ਜੀ ਉਹਨਾਂ ਦਾ। ਸਤਿ ਸ੍ਰੀ ਅਕਾਲ ਕਾਲਰ ਜੀ, ਤੁਸੀਂ ਏਅਰ ਤੇ ਹੋ ਜੀ, ਕੀ ਕਹਿਣਾ ਚਾਹੋਗੇ? ਪੱਚੀ ਸਾਹਿਬ ਸਾਰੇ ਤੁਸੀਂ ਪੱਖ ਪੇਸ਼ ਕਰ ਦਿੱਤੇ, ਜੇ ਕੇਂਦਰੀਵਾਲ ਨੇ ਜਾਂ ਪੰਜਾਬ ਵਾਲਿਆਂ ਨੇ ਪੈਸਾ ਖਰਚਿਆ ਗੁਜਰਾਤ ਦੇ, ਗੁਜਰਾਤ ਇੱਕ ਭਾਰਤ ਦਾ ਹਿੱਸਾ ਹੈ, ਪੈਸਾ ਤਾਂ ਭਾਰਤ ਚ ਹੀ ਖਰਚਿਆ ਹੈਗਾ, ਜੇ ਖਰਚਿਆ ਤਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਊਗਾ, ਕਿਸੇ ਨੇ ਬੈਨਰ ਬਣਾਏ, ਕਿਸੇ ਨੇ ਪ੍ਰੈਸ ਚ ਕੰਮ ਕੀਤਾ, ਤੇ ਜਿਹੜਾ ਅਡਾਨੀ ਅਰਬਾਂ ਰੁਪਇਆ ਲੈ ਗਿਆ ਇਹਨੂੰ ਕੋਈ ਪੁੱਛਦਾ ਨੀ। ਕੱਲ ਮੈਂ ਵੇਖ ਰਿਹਾ ਪਹਿਲੀ ਦਫਾ ਮੋਦੀ ਸਾਹਿਬ ਦਾ ਲੈਕਚਰ ਦੇ ਰਹੇ ਆ, ਪਿੱਛੇ ਹੋ ਹੱਲਾ ਹੋ ਰਿਹਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਤੋਂ ਲੈ ਕੇ ਹੁਣ ਤੱਕ ਸਾਰੇ ਪ੍ਰਧਾਨ ਮੰਤਰੀਆਂ ਨੂੰ ਮੈਂ ਲੋਕ ਸਭਾ ਦੇ ਵਿੱਚ ਸੁਣਿਆ, ਜੋ ਕੁਛ ਹੁਣ ਹੋ ਰਿਹਾ ਇਹ ਤਾਂ ਅਸੀਂ ਸੋਚਿਆ ਵੀ ਨਹੀਂ ਸੀਗਾ। ਹੁਣ ਦਿੱਲੀ ਚ ਤੁਹਾਡੇ ਸਾਹਮਣੇ ਵੇਖ ਲਓ 134 ਸੀਟਾਂ ਲੈ ਗਏ ਆ ਉਹ ਆਪ ਵਾਲੇ, ਉਹ ਦੂਜਿਆਂ ਦੀਆਂ 104 ਰਹਿ ਗਈਆਂ, ਉਹਨਾਂ ਨੂੰ ਮੇਅਰ ਨੀ ਬਣਾਉਣ ਦਿੱਤਾ, ਇਹ ਤਾਂ ਅਸੀਂ ਸੋਚਿਆ ਵੀ ਨੀ ਸੀ ਇਸ ਤਰ੍ਹਾਂ ਦਾ। ਪਹਿਲੀ ਦਫਾ ਉਹਨਾਂ ਨੇ 49 ਸੀਟਾਂ ਲਈਆਂ ਸੀ, ਦੁਬਾਰਾ ਜਿਮਣੀ ਚੋਣ ਹੋਈ ਤੇ ਉਹਨਾਂ ਦੀਆਂ 53 ਹੋ ਗਈਆਂ। ਮੋਦੀ ਸਾਹਿਬ ਨੂੰ ਪਤਾ ਸੀ ਵੀ ਇਹਨੇ ਜਿੱਤਣਾ, 3 ਕਾਰਪੋਰੇਸ਼ਨਾਂ ਚੱਕ ਕੇ 1 ਕਰਤੀ, ਫਿਰ ਵੀ ਉਹ ਜਿੱਤ ਗਏ। ਹੁਣ ਅੱਗੇ ਉਹ ਵੇਖਦੇ ਦਿੱਲੀ ਦੀਆਂ 6 ਸੀਟਾਂ MP ਦੀਆਂ ਨਾਲ, ਰੱਬ ਬਚਾਏ ਹੋਈ ਤਾਂ ਨਾ ਪਰਮਾਤਮਾ ਸਾਡੇ ਦੇਸ਼ ਨੂੰ ਸੁੱਖ ਸ਼ਾਂਤੀ ਤਰੱਕੀ ਦੇ ਰਸਤੇ ਲਜਾਏ। ਜੋ ਇਹ ਲੀਡਰ ਕਰ ਰਹੇ ਆ ਨਾ ਇਹ ਠੀਕ ਨੀ ਹੈਗਾ। ਤੁਸੀਂ ਠੀਕ ਹੀ ਕਹਿ ਰਹੇ ਹੋ, ਜਦੋਂ ਜੱਜ ਸਾਹਿਬ ਕੋਲੇ ਮੁਕੱਦਮਾ ਚਲਾ ਜਾਂਦਾ ਉਹ ਵੀ ਕਹਿ ਦਿੰਦੇ ਮੁਕੱਦਮਾ ਬਿਲਕੁਲ ਸਿਰੇ ਤੇ ਆ, ਪਰਸੋਂ ਇਹਦਾ ਫੈਸਲਾ ਸੁਣਾਵਾਂਗੇ, ਪਿਛਲੇ ਪਾਸੇ ਬਾਰੀ ਖੋਲ ਦਿੰਦੇ ਹਵਾ ਆਉਣ ਨੂੰ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਜੀ ਭੱਟੀ ਜੀ 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 ਦੇ ਵਿਚਾਰ ਜੀ ਜੀ ਹਾਂਜੀ ਆਵਾਜ਼ ਆ ਰਹੀ ਮੇਰੀ ਜੀ? ਹਾਂਜੀ ਆ ਰਹੀ ਭੱਟੀ ਜੀ। ਜਿਹੜੀ ਗੱਲ ਤੁਸੀਂ ਕਹੀ ਹੈ ਜੀ, ਸੁਪਰੀਮ ਕੋਰਟ ਨੇ ਇੱਕ ਬਹੁਤ ਵਧੀਆ ਫੈਸਲਾ ਦਿੱਤਾ। ਉਹਨੇ ਪੁਲਿਸ ਨੂੰ ਕਿਹਾ, ਉਹਨੇ ਸਾਡੀਆਂ ਏਜੰਸੀਆਂ ਨੂੰ ਕਿਹਾ ਵੀ ਆ ਛੋਟੇ ਛੋਟੇ ਗੁਰਗੇ ਨਸ਼ੀਲਿਆਂ ਦੇ ਨਾਲ ਜਿਹੜੇ ਆ ਨਾ ਉਹ ਨਾ ਫੜੋ ਤੁਸੀਂ, ਜਿਹੜੇ ਬਾਰੇ ਜੀ ਬਿਮਾਰ ਨੇ, ਜਿਹੜੇ ਕੋਈ ਗ੍ਰਾਮ ਵੇਚਦਾ ਕੋਈ ਦੋ ਗ੍ਰਾਮ ਵੇਚਦਾ, ਜੇ ਫੜਨੇ ਤੇ ਵੱਡੇ ਗੁਰਗੇ ਫੜੋ। ਉਹ ਨਾ ਪੁਲਿਸ ਨੇ ਫੜ ਲਿਆ ਤੇ ਨਾ ਕਿਸੇ ਹੋਰ ਨੇ ਫੜਨੇ ਆ, ਨਾ ED ਦੀ ਨਿਗਾਹ ਜਾਣੀ ਹੈ। ਜਿਹੜੀ ਗੱਲ ਤੁਸੀਂ ਕੀਤੀ ਆ ਵੀ ਇਹਨਾਂ ਦੀ ਜਵਾਹਰ ਲਾਲ ਨਹਿਰੂ ਦੀ ਗੱਲ ਕੀਤੀ ਹੈ, ਧਾਰਾ 356 ਦੀ ਗੱਲ ਕੀਤੀ ਹੈ ਮੋਦੀ ਸਾਹਿਬ ਨੇ ਗੱਲ, ਤੇ ਮੋਦੀ ਸਾਹਿਬ ਤੁਸੀਂ ਉਹ ਹਾਲ ਹੀ ਵੇਖ ਲਓ ਕਾਂਗਰਸ ਦਾ ਕੀ ਹੋਇਆ ਵਾ। ਜੇ ਕਾਂਗਰਸ ਨੇ ਜਿਆਸਤੀਆਂ ਕੀਤੀਆਂ ਮਨਮਾਨੀਆਂ ਕੀਤੀਆਂ ਜੀ, ਕਾਂਗਰਸ ਕਿੱਥੇ ਖੜੀ ਆ? ਕੀ ਗੱਲ ਤੁਸੀਂ ਚਾਹੁੰਦੇ ਹੋ ਵੀ ਭਾਜਪਾ ਜਿਸ ਤਰੀਕੇ ਨਾਲ ਵਿਹਾਰ ਕਰੀ ਵੀ ਉਸੇ ਪੋਜੀਸ਼ਨ 'ਚ ਚੱਲ ਜਾਵੇ? ਇਹ ਚੀਜ਼ ਉੱਥੇ ਉਹਨਾਂ ਲੋਕਾਂ ਨੂੰ ਉੱਠ ਕੇ ਕਹਿਣੀ ਚਾਹੀਦੀ ਸੀ। ਨਿਊਟਰਲ ਬੰਦਾ ਸੀ, ਸਮਾਜਵਾਦੀ ਪਾਰਟੀ ਦਾ ਕਹਿੰਦਾ ਵੀ ਕਾਂਗਰਸ ਕਹਿੰਦੇ ਵੀ ਮੋਦੀ ਸਾਹਿਬ ਕਾਂਗਰਸ ਦੀ ਹਾਲਤ ਵੇਖ ਲਓ, ਇਹ ਤੁਹਾਡੇ ਵਾਸਤੇ ਇੱਕ ਐਗਜ਼ਾਮਪਲ ਆ ਜੋ ਤੁਸੀਂ ਅੱਜ ਕਰ ਰਹੇ ਹੋ। ਤੁਹਾਨੂੰ ਸਵਾਲ ਪੁੱਛਿਆ ਵਾ ਅਡਾਨੀ ਦਾ, ਅਡਾਨੀ ਬਾਰੇ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਤੱਕ ਨਹੀਂ ਕੱਢਿਆ, ਲਫ਼ਜ਼ ਤੱਕ ਘੱਟੋ ਘੱਟ ਲਫ਼ਜ਼ ਤੇ ਕੱਢ ਦਿਓ ਵੀ ਵਾਕਿਆ ਇਹ ਕੁਛ ਹੋਇਆ, ਅਸੀਂ ਜਾਂਚ ਕਰਾਵਾਂਗੇ। ਅਸੀਂ JPC ਮੰਗ ਕਿਉਂ ਮੰਗ ਕਰਦੇ ਹੋ? ਜੁਆਇੰਟ ਪਾਰਲੀਮੈਂਟ ਜਿਹੜੀ ਕਮੇਟੀ ਉਹ ਕਿਉਂ ਮੰਗ ਕਰ ਰਹੇ ਨੇ? ਸਾਰੀਆਂ ਪਾਰਟੀਆਂ ਦੇ ਬੰਦੇ ਸ਼ਾਮਲ ਉਸ 'ਚ ਹੋਣ, ਉਹਦੀ ਜਾਂਚ ਹੋਊਗੀ, ਜਾਂਚ ਹੋਣ ਤੋਂ ਬਾਅਦ ਅਸਲੀਅਤ ਸਾਹਮਣੇ। ਤੁਸੀਂ ਕਾਰਵਾਈ ਨਾ ਕਰੋ ਕੋਈ ਗੱਲ ਨਹੀਂ, ਲੇਕਿਨ ਅਸਲੀਅਤ ਜਨਤਾ ਦੇ ਸਾਹਮਣੇ ਆਉਣ ਦਿਓ ਨਾ। ਸਾਡੇ ਦੇਸ਼ ਦੇ 80 ਵਾਂਗ ਜਨਤਾ ਵਾ, ਤੁਸੀਂ ਨੌਕਰੋਂ ਬੈਠੇ ਹੋ ਉੱਥੇ। ਹੁਣ ਅਡਾਨੀ ਨੂੰ ਕੀ ਕਿਹਾ? ਅਡਾਨੀ ਦਾ ਥੋੜਾ ਜਿਹਾ ਉਛਾਲ ਆਇਆ, ਜਿਹੜਾ ਇੱਕਦਮ ਡਾਊਨ ਹੋ ਕੇ ਥੋੜਾ ਜਿਹਾ ਉਛਾਲ ਆਇਆ। ਹੁਣ ਇਹਨਾਂ ਨੇ ਅੱਖਾਂ ਪੁੰਜਣ ਵਾਸਤੇ ਕੀ ਕੀਤਾ? ਹਿਡਨਬਰਗ ਦੀ ਟੀਮ ਜਿਹੜੀ ਹੈ ਸਿਰਫ 20 ਬੰਦਿਆਂ ਦੀ ਟੀਮ, ਲੇਕਿਨ ਉਹ ਕੰਮ ਬਹੁਤ ਡੂੰਘਾਈ ਤੱਕ ਜਾ ਕੇ ਕਰਦੇ ਆ। ਹੁਣ ਇਹਨਾਂ ਨੇ ਇੱਕ ਜਿਹੜੀ ਕੰਪਨੀ ਆ ਇੰਟਰਨੈਸ਼ਨਲ ਲੈਵਲ ਦਿੱਤੀ, ਜਿਹੜੀਆਂ ਵਾਸਟਨ ਲਿਫਟਨ ਰੋਜ਼ਨ ਕੈਟਸ, ਇਹ 3 ਕਾਨੂੰਨੀ ਸੰਸਥਾਵਾਂ ਨੇ ਜਿਹਨਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ। ਹੁਣ ਇਹਨੇ ਇੰਨੀ ਗੱਲ ਕਹੀ ਅਡਾਨੀ ਨੇ ਵੀ ਵਾਸਟਲ ਜਿਹੜੀ ਕਾਨੂੰਨੀ ਸੰਸਥਾ ਵਾ ਉਹਦਾ ਅਸੀਂ ਲੈ ਕੇ ਉਹਨਾਂ ਨੂੰ ਹਾਇਰ ਕਰਕੇ ਤੇ ਬਕਾਇਦਾ ਤੌਰ ਤੇ ਹਿਡਨਬਰਗ ਦੇ ਖਿਲਾਫ਼ ਅਸੀਂ ਕੇਸ ਕਰਾਂਗੇ। ਕਿਉਂ? ਇਸੇ ਕਰਕੇ ਵੀ ਸਾਡਾ ਉਛਾਲ ਥੋੜਾ ਜਿਹਾ ਆ, ਥੋੜਾ ਜਿਹਾ ਸਾਡਾ ਬਚਾਅ ਆ, ਹੋਰ ਸਾਡਾ ਬਚਾਅ ਹੋ ਜਾਵੇ।
ਜਿਹਦੀ ਗੱਲ ਇਹ ਟਾਟਿਆਂ ਬਿਰਲਿਆਂ ਦੀ ਕਰਦੇ ਆ। ਟਾਟਿਆਂ ਬਿਰਲਿਆਂ ਨੇ ਆਪਣੀ ਇਨਵੈਸਟਮੈਂਟ ਜਿਹੜੀ ਸੀ ਸਾਰੀ ਇੰਡੀਆ ਚ ਕੀਤੀ, ਇਹਨਾਂ ਨੇ ਇਨਵੈਸਟਮੈਂਟ ਬਾਹਰ ਕੀਤੀ, ਮੋਰੀਸ਼ਸ ਦੇ ਵਿੱਚ ਕਮਰੇ ਦੇ ਉੱਤੇ ਚਾਰ ਕੰਪਨੀਆਂ ਬਣਾਤੀਆਂ ਆਪਣੀ, ਧੋਖਾਧੜੀ ਕੀਤੀ, ਪੈਸੇ ਇੰਡੀਆ ਦੇ ਉੱਥੇ ਭੇਜੇ, ਉੱਥੋਂ ਕਹਿਤਾ ਜੀ ਇਹ ਫੋਰਨ ਦੀਆਂ ਕੰਪਨੀਆਂ ਉੱਥੋਂ ਪੈਸੇ ਲਾ ਰਹੀਆਂ ਸਾਡੀ ਕੰਪਨੀ ਦੇ ਵਿੱਚ, ਕਿਉਂ ਧੋਖਾ ਕੀਤਾ ਤੁਸੀਂ? ਇਹ ਗੱਲਾਂ ਸਾਰੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ। ਇਸ ਕਰਕੇ ਜੋ ਪਾਰਲੀਮੈਂਟ 'ਚ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ। ਪਾਰਲੀਮੈਂਟ ਬਾਰੇ ਸਾਡੇ ਜਿਹੜੇ ਹੈਗੇ ਆ ਪੰਜਾਬ ਦੇ ਗਵਰਨਰ, ਉਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ, ਮੈਂ ਕਿਹਾ ਜੀ ਤੁਸੀਂ ਐਮ ਪੀ ਰਹੇ ਹੋ? ਕਹਿੰਦਾ ਹਾਂ ਮੈਂ 3 ਵਾਰੀ ਐਮ ਪੀ ਰਿਹਾ। ਅਤੇ ਉਹਨੇ ਇਹ ਗੱਲ ਕਹੀ ਸੀ, ਲੋਕ ਸਭਾ ਜਿਹੜਾ ਵਾ ਉਹ ਦੇਸ਼ ਦਾ ਸ਼ੀਸ਼ਾ ਹੁੰਦਾ, ਉੱਥੇ ਬੈਠਿਆ ਸਭ ਕੁਛ ਨਜ਼ਰ ਆਉਂਦਾ ਵਾ। ਅਤੇ ਪੁਰੋਹਿਤ ਸਾਹਿਬ ਨੇ ਗੱਲ ਕਹੀ ਸੀ, ਠੀਕ ਗੱਲ ਕਹੀ ਸੀ, ਲੇਕਿਨ ਅੱਜ ਉਹ ਲੋਕ ਸਭਾ ਸ਼ੀਸ਼ਾ ਨਹੀਂ ਰਹੀ, ਅੱਜ ਕੱਲ੍ਹ ਸਭ ਕੁਲ ਧੁੰਦਲਾ ਧੁੰਦਲਾ ਨਜ਼ਰ ਆ ਰਿਹਾ ਉੱਥੇ। ਜੀ ਜੀ, ਕਾਲਰ ਕਹਿੰਦੇ ਨੇ ਇੱਕ ਸਵਾਲ ਦੇਖਦੇ ਕੀ ਕਹਿਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਕਾਲਰ ਜੀ, ਤੁਸੀਂ ਏਰਤੇ ਹੋ ਜੀ, ਕੀ ਸਵਾਲ ਹੈ ਆਪ ਜੀ ਦਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਫੱਟੀ ਸਾਹਿਬ ਦੁਬਾਰਾ ਜੀ। ਹਾਂਜੀ ਬੋਲੋ ਜੀ। ਦੇਖੋ, ਪਹਿਲਾਂ ਇੱਕ ਹੰਡਵਰਗ ਨੇ ਕੀਤਾ ਸੀ ਤੇ ਇੰਨਾ ਡਾਊਨ ਚਲਾ ਗਿਆ, ਹੁਣ ਮੈਂ ਇਹਨੇ ਇੱਕ USA ਦੀ ਕੰਪਨੀ ਕੋਈ ਲਾ ਫਰਮ ਹੈ ਉਹਨੂੰ ਮਤਲਬ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਇਸ ਤੋਂ ਬਾਅਦ ਸੁਣਿਆ ਨਹੀਂ, ਉਹੀ ਦੱਸਿਆ, ਉਹੀ ਦੱਸਿਆ ਸੀ ਉਹਨੂੰ, ਉਹੀ ਦੱਸਿਆ ਜੀ, ਜਿਹੜੀ ਵਾਸਟਲ ਹੈਗੀ ਹੈ ਨਾ ਸੰਸਥਾ ਹੈਗੀ, ਕਾਨੂੰਨੀ ਸੰਸਥਾ ਹੈਗੀ, ਇੱਕ ਲਾ ਉਹਨੂੰ ਹਾਇਰ ਕੀਤਾ ਇਹਨਾਂ ਨੇ, ਹੁਣ ਵੀ ਕੇਸ ਚਲਾਵਾਂਗੇ ਹਿੰਡਨਬਰਗ ਦੇ ਖਿਲਾਫ ਅਸੀਂ। ਅੱਛਾ ਚਲੋ, ਉਹ ਤਾਂ ਠੀਕ ਹੈ, ਪਰ ਇਹਨਾਂ ਇੱਕ ਕੰਪਨੀ ਹੋਰ ਦਾ ਇੱਕ ਇੱਕ ਕੋਲ ਐਲੀਗੇਸ਼ਨ ਆ ਗਏ ਨੇ, ਇਹਨੇ ਤਾਂ ਕੀਤਾ ਕੀਤਾ ਇੱਕ ਦੋ ਹੋਰ ਆ ਗਏ ਨੇ, ਹੁਣ ਕਿਹਦਾ ਕਿਹਦਾ ਫੇਸ ਕਰੇਗਾ ਇਹ? ਤੁਸੀਂ ਸੋਚਦੇ ਹੋ ਕਿ ਸਰਵਾਈਵ ਕਰ ਸਕੇਗਾ ਅਡਾਨੀ ਇਸ ਹਲਚਲ ਦੇ ਵਿੱਚੋਂ? ਪਲੀਜ਼, ਜਿਹੜੇ ਸਾਡੇ ਲੋਕ ਨੇ, ਸਾਡੇ ਲੋਕ ਬਹੁਤੇ ਸਿਆਣੇ ਨਹੀਂ ਹੈਗੇ, ਮੈਂ ਪੰਜਾਬੀ ਚ ਕਹਿੰਦਾ ਤੁਹਾਨੂੰ, ਠੀਕ ਆ, ਆਹ ਜਿਹੜੇ ਬੀਜੇਪੀ ਵਾਲੇ ਨਾ, ਇਹ ਸਾਰੇ ਵਪਾਰੀ ਨੇ, ਉਹਨਾਂ ਆਪਣੇ ਵਪਾਰੀ ਨੂੰ ਲਾ ਦਿਓ, ਤੁਸੀਂ ਸਾਰੇ ਲੱਖ ਲੱਖ ਰੁਪਇਆ ਕੋਈ ਫਰਕ ਨਹੀਂ ਪੈਣ ਲੱਗਾ। ਲੋਕਾਂ ਦੀਆਂ ਜਿਹੜੀਆਂ ਅੱਖਾਂ ਚ ਘੱਟਾ ਪਾਉਣ ਦੀ ਬੜੀ ਜਾਂਚ ਇਹਨਾਂ ਨੂੰ ਪਾ ਸਕਦੇ। ਤੇ ਮੈਂ ਵੀ ਕਹਿ ਦਿਆਂ, ਜਿਹੜੇ ਫੈਸਲੇ ਬੀਜੇਪੀ ਲੈ ਸਕਦੀ ਆ ਉਹ ਕਾਂਗਰਸ ਦੇ ਵੱਸ ਦਾ ਰੋਗ ਨਹੀਂ, ਨਾ ਕਾਂਗਰਸ ਨੇ ਲਏ ਆ ਤੇ ਨਾ ਉਹਨਾਂ ਕੱਲ ਲੈਣੇ। ਜੇ ਕੋਈ ਧੱਕੇ ਸ਼ਾਹੀ ਕਰ ਸਕਦੇ ਤੇ ਬੀਜੇਪੀ ਵਾਲੀ ਕਰ ਸਕਦੇ। ਜੀ ਜੀ, ਅਗਲੇ ਸਵਾਲ ਤੇ ਚਲਦੇ ਆ ਪੱਟੀ ਸਾਹਿਬ ਜੀ, ਕਿ ਛੋਟੇ ਗੁਰਗਿਆਂ ਦੀ ਬਜਾਏ ਨਸ਼ਿਆਂ ਦੇ ਸਿੰਡੀਕੇਟ ਚਲਾ ਰਹੇ, ਮਗਰ ਬੱਚਾ ਇਹ ਸਿੰਡੀਕੇਟ ਦੀ ਗੱਲ ਕਰ ਲਈ ਆਪਾਂ ਗੱਲ ਕਰ ਲਈ ਜੀ। ਅਸੀਂ ਅਗਲੇ ਸਵਾਲ ਤੇ ਚਲਦੇ ਆ ਜੀ, ਕਿ ਕੇਂਦਰੀ ਗਰਾਊਂਡ ਬੋਰਡ ਨੇ ਪੰਜਾਬ ਦੀ ਜਿਹੜੀ ਧਰਤੀ ਹੈਗੀ ਉਹਦੇ ਹੇਠਲੇ ਪਾਣੀ ਸੰਬੰਧੀ ਬਜਾਈ ਖਤਰੇ ਦੀ ਗਿਣਤੀ ਕੀ ਕਹਿਣਾ ਚਾਹੁੰਦੇ ਹੋ? ਵੇਖੋ, ਜਿਹੜੀ ਇੰਡੀਆ ਲੈਵਲ ਦੀ ਸਾਡੀ ਗੱਲ ਕਰੀਏ ਨਾ ਜੀ, ਜੇ ਪੂਰੇ ਦੇਸ਼ ਲੈਵਲ ਤੇ ਗੱਲ ਕਰੀਏ ਤੇ ਸਾਡੀ ਪੰਜਾਬ ਦੇ ਵਿੱਚ, ਸਾਡੇ ਇੰਡੀਆ ਚ ਪਾਣੀ ਦੀ ਕੋਈ ਕਿੱਲਤ ਨਹੀਂ। ਇੰਡੀਆ ਲੈਵਲ ਦੇ ਉੱਤੇ ਅਸੀਂ ਜਿਹੜਾ ਪਾਣੀ ਹੈ ਧਰਤੀ ਦੇ ਵਿੱਚੋਂ 398.8 ਜਿਹੜਾ ਵਾ ਬਿਲੀਅਨ ਕਿਊਸਿਕ ਮੀਟਰ ਅਸੀਂ ਕੱਢ ਸਕਦੇ ਹਾਂ। ਇੰਨਾ ਪਾਣੀ ਸਾਲ ਚ ਅਸੀਂ ਕੱਢ ਲਈਏ ਤੇ ਸਾਡੀ ਧਰਤੀ ਦਾ ਕੋਈ ਪਾਣੀ ਖਰਾਬ ਨਹੀਂ ਹੁੰਦਾ, ਉਹ ਰੀਚਾਰਜ ਆਟੋਮੈਟਿਕ ਹੁੰਦਾ ਰਹਿੰਦਾ। ਲੇਕਿਨ ਅਸੀਂ 239.16 ਜਿਹੜਾ ਬਿਲੀਅਨ ਕਿਊਸਿਕ ਮੀਟਰ ਪਾਣੀ ਕੱਢ ਰਿਹਾ, ਮਤਲਬ ਬਹੁਤ ਘੱਟ ਰਹੇ ਹਾਂ, ਸਾਡਾ ਇੰਡੀਆ ਲੈਵਲ ਤੇ ਕੋਈ ਪ੍ਰੋਬਲਮ ਨਹੀਂ। ਲੇਕਿਨ ਪੰਜਾਬ ਦੇ ਵਿੱਚ ਅਸੀਂ ਜਿਹੜੀ ਸਾਲਾਨਾ ਰੀਚਾਰਜ ਕਰਦੇ ਹਾਂ ਜਾਂ ਕੱਢਦੇ ਪਾਣੀ ਕੱਢਦੇ ਹਾਂ, ਅਸੀਂ ਰੀਚਾਰਜ ਸਾਡਾ 18.94 ਬਿਲੀਅਨ ਕਿਊਸਿਕ ਮੀਟਰ ਹੁੰਦਾ ਵਾ, ਉਹਦੇ ਵਿੱਚੋਂ ਅਸੀਂ 17 ਕੱਢ ਲਈਏ, 18 ਕੱਢ ਲਈਏ, ਬਿਲੀਅਨ ਕਿਊਸਿਕ ਕੱਢ ਲਈਏ ਤੇ ਕੋਈ ਪ੍ਰੋਬਲਮ ਨਹੀਂ। ਲੇਕਿਨ ਅਸੀਂ ਕੱਢ ਕਿੰਨਾ ਰਹੇ ਹਾਂ? 28.2 ਬਿਲੀਅਨ ਕਿਊਸਿਕ ਕੱਢ ਰਹੇ ਹਾਂ ਤੇ 10.95 ਬਿਲੀਅਨ ਕਿਊਸਿਕ ਜਿਹੜਾ ਮੀਟਰ ਪਾਣੀ ਆ ਜਿਹੜਾ ਅਸੀਂ ਵੱਧ ਕੱਢ ਰਹੇ ਹਾਂ, ਜਿਹਦੇ ਕਰਕੇ ਸਾਡਾ ਧਰਤੀ ਹੇਠਲਾ ਪਾਣੀ ਦਿਨ ਤੋਂ ਦਿਨ ਹੇਠਾਂ ਹੇਠਾਂ ਜਾ ਰਿਹਾ। ਪੰਜਾਬ ਦੇ 153 ਜਿਹੜੇ ਸਾਡੇ ਬਲਾਕ ਨੇ, ਇਹਨਾਂ ਦੇ ਵਿੱਚੋਂ 117 ਜੋਨ ਜਿਹੜੇ ਬਲਾਕ ਨੇ ਡਾਰਕ ਜੋਨ ਚ ਆ ਚੁੱਕੇ, ਇਹ ਪਾਣੀ ਬਹੁਤ ਡੂੰਘਾ ਚਲੇ ਗਿਆ, ਥੱਲਿਓ ਪਾਣੀ ਖਤਮ ਹੋਣ ਦੇ ਆਸਾਰ ਬਣਦੇ ਜਾ ਰਹੇ। ਇਸ ਕਰਕੇ ਵਾਰ ਵਾਰ ਕਿਹਾ ਜਾ ਰਿਹਾ ਵੀ ਭਾਈ ਪਾਣੀ ਘੱਟ ਕੱਢੋ, ਪਾਣੀ ਘੱਟ ਕੱਢੋ, ਲੇਕਿਨ ਸਾਡੀਆਂ ਸਰਕਾਰਾਂ ਤੇ ਬਿਲਕੁਲ ਕਿਸ ਨਹੀਂ ਹੋ ਰਿਹਾ। ਅਸੀਂ ਕਹਿੰਦੇ ਝੋਨਾ ਸਾਡੀ ਫਸਲ ਨਹੀਂ, ਚਾਵਲ ਸਾਡੀ ਫਸਲ ਨਹੀਂ, ਇਹ ਬ੍ਰਹਮਪੁਰਤਾਂ ਦੇ ਕੰਢੇ ਨੇੜੇ ਜਿੱਥੇ ਕਿਤੇ ਸਿੰਧ ਜਾਂਦੀ ਆ, ਸੀਮ ਜਾਂਦੀ ਆ, ਉੱਥੇ ਇਹ ਜਗ੍ਹਾ ਲਾਇਆ ਜਾਵੇ, ਤੁਸੀਂ ਇੱਥੇ ਪੰਜਾਬ ਨੂੰ ਬਰਬਾਦ ਕਰਦੇ ਕਿਉਂ ਤੁਲੇ ਹੋ? ਪੰਜਾਬ ਨੂੰ ਹਮੇਸ਼ਾ ਇਹਨਾਂ ਟੈਸਟਿੰਗ ਧਰਤੀ ਬਣਾਇਆ, ਇੱਥੇ ਸਭ ਕੁਛ ਟੈਸਟ ਪੰਜਾਬ 'ਚ ਕੀਤਾ ਗਿਆ, ਖਾਦਾਂ ਟੈਸਟ ਕੀਤੀ ਗਿਆ, ਪੈਸਟੀਸਾਈਡ ਕੀਤਾ ਗਿਆ, ਝੋਨਾ ਟੈਸਟ ਕੀਤਾ ਗਿਆ,
ਅੱਜ ਵੀ ਸਾਡੀ ਸਰਕਾਰ ਇਸ ਪਾਸੇ ਨਹੀਂ ਹੈਗੀ ਕਿ ਅਸੀਂ ਜਿਹੜਾ ਝੋਨੇ ਤੋਂ ਆਪਣਾ ਰਕਾ ਕਢਾਈਏ ਕੋਈ। ਹੁਣ ਜੇ ਅਸੀਂ ਗੁਆਂਢੀ ਸੂਬੇ ਦੀ ਗੱਲ ਕਰ ਲਈਏ ਹਰਿਆਣੇ ਦੇ ਵਿੱਚ, ਹਰਿਆਣੇ ਦੇ ਵਿੱਚ ਜਿਹੜਾ ਵਾ 8.16 ਮਿਲੀਅਨ ਕਿਊਸਿਕ ਮੀਟਰ ਪਾਣੀ ਜਿਹੜਾ ਨਾ ਉਹ ਕੱਢਿਆ ਜਾ ਸਕਦਾ ਵਾ। ਉੱਥੇ ਵੀ ਅਸੀਂ 11.53 ਬਿਲੀਅਨ ਕਿਊਸਿਕ ਪਾਣੀ ਕੱਢ ਰਹੇ ਹਾਂ। ਜੇ ਰਾਜਸਥਾਨ ਦੀ ਗੱਲ ਕਰ ਲਈਏ ਉੱਥੇ ਅਸੀਂ 10.96 ਬਿਲੀਅਨ ਜਿਹੜਾ ਕਿਊਸਿਕ ਪਾਣੀ ਜਿਹੜਾ ਵਾ ਉਹਦੀ ਜਗ੍ਹਾ ਦੇ ਉੱਤੇ ਅਸੀਂ 16.56 ਬਿਲੀਅਨ ਕਿਊਸਿਕ ਪਾਣੀ ਕੱਢ ਰਹੇ ਹਾਂ। ਇਹਦਾ ਮਤਲਬ ਸਾਡੀਆਂ ਦੋਵੇਂ ਸਟੇਟਾਂ ਜਿਹੜੀਆਂ ਨੇ ਉਹ ਵੀ ਇਹਦੀ ਹਾਲਤ ਸਾਡੇ ਤੋਂ ਮਾੜੀ ਹੋਈ ਪਈ ਹੈ। ਜੇ ਉਹਨਾਂ ਦੀ ਮਾੜੀ ਹਾਲਤ ਆ ਤੇ ਫਿਰ ਪਾਣੀ ਦੀ ਧਰਤੀ ਥੱਲੇ ਮੁੱਕੇਗਾ ਮੁੱਕੇਗਾ ਜੀ। ਬਿਲਕੁਲ ਸਹੀ। ਹੁਣ ਜਿਹੜਾ ਪੰਜਾਬ ਦੇ ਵਿੱਚ ਆ ਇਹ ਥੋੜ੍ਹਾ ਜਿਹਾ ਮੈਂ ਸਪਸ਼ਟ ਕਰ ਦਿਆਂ, ਕਈਆਂ ਨੂੰ ਦਿੱਕਤ ਹੁੰਦੀ ਉਹ ਕਹਿੰਦੇ ਨਹੀਂ ਜੀ ਇਹ ਗੱਲ ਆਈ ਗਲਤ ਆ। ਪੰਜਾਬ ਦੇ ਵਿੱਚ ਪਾਣੀ ਜਿਹੜਾ ਅਸੀਂ ਕੱਢਦੇ ਹਾਂ 28.2 ਬਿਲੀਅਨ ਕਿਊਸਿਕ ਮੀਟਰ ਕੱਢਦੇ ਪਾਣੀ, ਇਹਦੇ ਵਿੱਚੋਂ 26.69 ਬਿਲੀਅਨ ਕਿਊਸਿਕ ਪਾਣੀ ਅਸੀਂ ਸਿੰਜਾਈ ਵਾਸਤੇ ਵਰਤਦੇ ਹਾਂ, ਖੇਤੀ ਵਾਸਤੇ ਵਰਤਦੇ ਹਾਂ। 1.17 ਅਸੀਂ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਘਰੇਲੂ ਵਰਤੋਂ ਵਾਸਤੇ ਵਰਤੋਂ ਕਰਦੇ ਹਾਂ, ਸਨਅਤ ਵਾਸਤੇ ਆ ਗੱਲ ਸੁਣਨ ਵਾਲੀ ਆ 0.16 ਬਿਲੀਅਨ ਕਿਊਸਿਕ ਮੀਟਰ ਪਾਣੀ ਅਸੀਂ ਸਨਅਤ ਵਾਸਤੇ ਵਰਤਦੇ ਹਾਂ, ਪੰਜਾਬ ਦਾ ਪਾਣੀ ਸਿਰਫ ਇੰਨਾ। ਇਸ ਕਰਕੇ ਜੇ ਆਉਣ ਵਾਲੇ ਦਿਨਾਂ 'ਚ ਅਸੀਂ ਪੰਜਾਬ ਦੀ ਇਸੇ ਤਰ੍ਹਾਂ ਆਪਣੀ ਜਾਰੀ ਰੱਖਿਆ, ਰੀਚ ਅੱਜ ਪੂਰਾ ਨਾ ਹੋਇਆ ਤੇ ਪਾਣੀ ਦੀ ਦਿੱਕਤ ਪੰਜਾਬ 'ਚ ਆਏਗੀ, ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਕੋਈ ਬਚਾ ਨਹੀਂ ਸਕਦਾ ਜੀ। ਜੀ ਪੱਚੀ ਸਾਹਿਬ, ਸਾਡਾ ਆਖਰੀ ਸਵਾਲ, ਕਹਿੰਦੇ ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਬਹੀਬਲ ਕਲਾਂ ਮੋਰਚੇ ਨੇ ਜਾਮ ਸੜਕ ਤੋਂ ਧਰਨਾ ਚੁੱਕਿਆ ਹੈਗਾ ਔਰ ਇੱਕ ਪਾਸਾ ਖਾਲੀ ਕੀਤਾ, ਕੀ ਕਹਿਣਾ ਚਾਹੋਗੇ? ਬਹਿਬਲ ਕਲਾਂ ਮੋਰਚਾ 2015 ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਉੱਥੇ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਆ, ਉਹਦੇ ਰੋਸ ਵੱਲੋਂ ਜਿਹੜੇ ਆਪਣੇ ਇਨਸਾਫ਼ ਦੀ ਮੰਗ ਕਰ ਰਹੇ ਸੀ, ਦੋਸ਼ੀਆਂ ਨੂੰ ਫੜਨ ਦੀ ਮੰਗ ਕਰ ਰਹੇ ਸੀ, ਉਹਨਾਂ ਤੇ ਗੋਲੀ ਚਲਾਈ ਅਣਪਛਾਤੀ ਪੁਲਿਸ ਨੇ। ਅਸੀਂ ਕਈ ਵਾਰੀ ਕਹਿ ਚੁੱਕੇ, ਵਾਰ ਵਾਰ ਕਹਿਣ ਦਾ ਕੋਈ ਫਾਇਦਾ। ਉਹ ਇੱਕ ਇਨਸਾਫ਼ ਮੋਰਚਾ ਲੱਗਾ ਸੀ, ਬਹਿਬਲ ਕਲਾਂ ਇਨਸਾਫ਼ ਮੋਰਚਾ, ਉਹ ਮੋਰਚੇ ਨੂੰ ਉਹਨਾਂ ਨੇ 5 ਫਰਵਰੀ ਤੱਕ ਟਾਈਮ ਦਿੱਤਾ ਸੀ, ਭਾਈ ਜੇ ਤੁਸੀਂ ਕੋਈ ਇਨਸਾਫ਼ ਨਾ ਕੀਤਾ ਤੇ ਫਿਰ ਅਸੀਂ ਆਹ ਜਿਹੜੀ GT ਰੋਡ ਚੱਲਦੀ ਇਹ ਰੋਕਦੇ ਹਾਂ। 16 ਦਸੰਬਰ 2021 ਨੂੰ ਇਹ ਮੋਰਚਾ ਸ਼ੁਰੂ ਹੋਇਆ ਸੀ, ਕਰੀਬ 1.25 ਸਾਲ ਦੇ ਕਰੀਬ ਹੋ ਚੱਲਿਆ ਉਹਨੂੰ, ਤੇ ਇਹ ਮੋਰਚੇ ਦੇ ਵਿੱਚ ਹੁਣ ਇਹਨਾਂ ਨੇ ਪੂਰੀ ਦੀ ਪੂਰੀ GT ਰੋਡ 5 ਫਰਵਰੀ ਨੂੰ ਰੋਕਤੀ ਸੀ। ਉਹਦੇ ਵਿੱਚ ਕੱਲ ਫਿਰ ਮੁੱਖ ਮੰਤਰੀ ਸਾਹਿਬ ਨੇ ਅਪੀਲ ਕੀਤੀ ਲੋਕਾਂ ਨੂੰ ਵੀ ਲੋਕ ਪਰੇਸ਼ਾਨ ਹੋ ਰਹੇ, GT ਰੋਡ ਨਾ ਰੋਕੋ ਤੁਸੀਂ, ਅਸੀਂ ਤੁਹਾਨੂੰ ਇਸ ਮਹੀਨੇ ਦੇ ਅਖੀਰ ਤੱਕ 28 ਫਰਵਰੀ ਤੱਕ ਜਾਂ ਹੋਰ ਮਹੀਨਾ ਕਲਾ ਲਓ, ਤੁਹਾਨੂੰ ਬੜੀ ਜਲਦੀ ਇਨਸਾਫ ਦੇਵਾਂਗੇ, ਬੜੀ ਜਲਦੀ ਖੁਸ਼ਖਬਰੀ ਦੇਵਾਂਗੇ। ਚੰਗੀ ਗੱਲ ਹੈ ਜੀ। ਉਹਦੇ ਵਿੱਚ ਕੁਲਦੀਪ ਸਿੰਘ ਧਾਰੀਵਾਲ ਜਿਹਨਾਂ ਨੇ ਆਪਣੀ ਗੱਡੀ ਦੇ ਵਿੱਚ ਜਿਹੜੇ ਹੁੰਦੇ ਉਹ ਆਂਦੇ ਜੂਸ ਦੀਆਂ ਪੇਟੀਆਂ ਰੱਖੀਆਂ ਹੁੰਦੀਆਂ, ਜੇ ਕੋਈ ਧਰਨੇ ਤੇ ਬੈਠਾ ਤਾਂ ਉਹ ਚੁਕਾ ਦਿਓ, ਜੇ ਭੁੱਖ ਧਾਲੇ ਬੈਠਾ ਤਾਂ ਪਿਆਰ ਉਹਨੂੰ ਛਿਠਾ ਦਿਓ ਉੱਥੋਂ। ਉਹ ਗਏ ਨੇ ਉੱਥੇ ਜਾ ਕੇ ਬੇਨਤੀ ਕੀਤੀ ਉਹਨਾਂ ਨੂੰ, ਭਾਈ ਮੁੱਖ ਮੰਤਰੀ ਸਾਹਿਬ ਦਾ ਆਹ ਸੰਦੇਸ਼ ਹੈ ਤੇ ਆਹ ਉਹਨਾਂ ਦਾ ਟਵੀਟ ਹੈ, ਤੁਹਾਨੂੰ ਅਪੀਲ ਕੀਤੀ ਉਹਨਾਂ ਨੇ। ਉਸ ਅਪੀਲ ਦੇ ਉੱਤੇ ਉਹਨਾਂ ਪ੍ਰਬੰਧਕ ਜਿਹੜੇ ਬੈਠੇ ਸੀ ਉਹਨਾਂ ਨੇ ਕਿਹਾ ਠੀਕ ਹੈ ਜੀ, ਅਸੀਂ ਮੁੱਖ ਮੰਤਰੀ ਸਾਹਿਬ ਨੇ ਜੇ ਕਿਹਾ ਸਾਨੂੰ ਵਿਸ਼ਵਾਸ ਜੋ ਨੇ ਤੇ ਅਸੀਂ ਵਾਕਈ ਅਸੀਂ ਕੋਈ ਲੋਕਾਂ ਨੂੰ ਖਰਾਬ ਕਰਨ ਵਾਸਤੇ, ਅਸੀਂ ਸਰਕਾਰ ਦੇ ਖਿਲਾਫ਼ ਨੇ, ਅਸੀਂ ਆਪਣਾ ਧਰਨਾ ਚੁੱਕ ਦਿੰਦੇ। ਉਹ ਦੋ ਹੀ ਪਾਸੇ ਸੀਗੀ, ਦੋ ਰੋਡ ਜਾਂਦੀਆਂ, ਇੱਕ ਆਉਣ ਵਾਸਤੇ ਇੱਕ ਜਾਣ ਵਾਸਤੇ, ਇੱਕ ਰੋਡ ਜਿਹੜੀ ਉਹਨਾਂ ਖੋਲ੍ਹ ਦਿੱਤੀ ਹੈ ਤੇ ਇੱਕ ਦੇ ਉੱਤੇ ਜੇ ਬੈਠੇ ਨੇ ਵੀ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਸਾਡਾ ਮੋਰਚਾ ਜਾਰੀ ਰਹੂਗਾ। ਤੇ ਮੁੱਖ ਮੰਤਰੀ ਸਾਹਿਬ ਨੇ ਧੰਨਵਾਦ ਵੀ ਕਰਤਾ, ਭਾਈ ਤੁਸੀਂ ਮੇਰਾ ਕਹਿਣਾ ਮੰਨ ਲਿਆ ਜੀ। ਜੀ ਬਹੁਤ ਬਹੁਤ ਸ਼ੁਕਰੀਆ ਪੱਟੀ ਸਾਹਿਬ ਜੀ, ਔਰ ਕੱਲ੍ਹ ਦੁਬਾਰਾ ਤੋਂ ਮੁਲਾਕਾਤ ਕਰਾਂਗੇ, ਤਦ ਤੱਕ ਤੁਹਾਡਾ ਸਾਡਾ ਇਸ ਵਕਤ ਰੱਬ ਰਾਖਾ, ਅਜੋਗੀ ਚਲਦੇ ਭਲੇ, ਨਗਰੀ ਵਸਤੀ ਭਲੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।